ਚੁੱਕਾ ਭਾਜੀ ਰੇਟ 380,000 ਰੁਪਈਆ ਡਿਮਾਂਡ ਹੈ ਆਪਣੀ 2014 VXI ਟੌਪ ਮਾਡਲ ਪੈਟਰੋਲ ਵਿਦ CNG ਡਿਮਾਂਡ ਕੀ ਹੈ ਜੀ? ਇਹਦੀ ਡਿਮਾਂਡ ਭਾਜੀ 2,65,000 ਰੁਪਈਆ, ਮਾਡਲ 2018 1.6 SX ਪਲੱਸ ਸਪੈਸ਼ਲ ਐਡੀਸ਼ਨ, ਕੋਈ 80,000-90,000 ਡਾਊਨ ਪੇਮੈਂਟ ਦੇ ਕੇ ਅਤੇ ਆਪਾਂ ਹਰ ਗੱਡੀ ਦੇ ਲੋਨ ਕਰਵਾ ਲਵਾਂਗੇ। ਆਪਾਂ ਜਿਹੜੀ ਗੱਡੀ ਦੇ ਕਹੋਗੇ ਉਸੇ ਦੇ ਲੋਨ। ਫਲੱਪੀ ਸੀਟ ਆ, ਇੱਥੇ ਕਦੀ ਵੀ ਤੁਸੀਂ ਬੈਠੋਗੇ ਗਰਮੀ ਜਿੰਨੀ ਮਰਜ਼ੀ ਹੋਵੇ ਪਸੀਨਾ ਨਹੀਂ ਆਏਗਾ ਤੁਹਾਨੂੰ। ਸਕਰੀਨ ਵਿੱਚ ਤੁਹਾਨੂੰ ਐਲਈਡੀ ਮਿਲੂਗੀ, ਸੀਟ ਕਵਰ ਵੀ ਬੜੇ ਸੋਹਣੇ ਆ। ਇਹਦਾ ਵੀ ਡਿਮਾਂਡ ਆਪਣੀ ਹੈਗੀ ਹੈ 3,45,000 ਰੁਪਇਆ, 2015 ਮਾਡਲ। ਇਹਦਾ 14 ਮਾਡਲ ਪੰਜਾਬ ਨੰਬਰ ਗੱਡੀ, 4,25,000-4,00,000 ਰੇਟ ਹੁੰਦਾ, 3,00,000 ਰੁਪਈਆ ਡਿਮਾਂਡ ਹੈ। ਡੀਜ਼ਲ ਯਾਨੀ ਪੈਟਰੋਲ ਲੈਣੀ ਹੈ, ਪੈਟਰੋਲ ਵੀ ਅਵੇਲੇਬਲ ਹੈ। ਟੱਚ ਵੀ ਜਿਹੜੀ ਲੱਗੀ ਹੈ ਅਮੈਰੀਕਾ ਦੀ ਹੈ। ਅਮੈਰੀਕਾ ਦੀ? ਅਮੈਰੀਕਾ ਜੋ ਆਈ ਹੈ, ਕੁੜੀ ਡਾਕਟਰ ਹੈ ਜਿਹਦੀ ਗੱਡੀ ਹੈ, ਐਲਈਡੀ ਉਹਦੀ ਅਮੈਰੀਕਾ ਚੋਂ ਮੰਗਾਈ ਸੀ ਉਹਨੇ। ਇਹ ਲਾਈਟਸ ਚੈੱਕ ਕਰੋ ਯਾਰ, ਕਿੰਨੀਆਂ ਸੋਹਣੀਆਂ ਸੋਹਣੀਆਂ ਲਾਈਟਾਂ ਲੱਗੀਆਂ ਗੱਡੀ ਦੇ ਵਿੱਚ ਹੈ। ਟੱਚ ਵੀ ਲੱਗੀ ਆ, ਅੰਦਰੋਂ ਇੰਟੀਰੀਅਰ ਕਿੱਡਾ ਸੋਹਣਾ ਗੱਡੀ ਦਾ। ਹਾਂ ਜੀ, ਕਿੱਦਾਂ ਸਾਰੇ, ਵੈਲਕਮ ਤੁਹਾਡਾ ਬਹੁਤ ਬਹੁਤ ਮੇਰੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਪਹੁੰਚੇ ਜੀ ਕਾਰ ਹੈਵਨ ਵਾਲਿਆਂ ਕੋਲ। ਹੋਰ ਭਾਜੀ ਕੀ ਹਾਲ ਚਾਲ? ਠੀਕ ਠਾਕ। ਆਪਾਂ ਪਹੁੰਚੇ ਲਖਦੀਪ ਭਾਜੀ ਕੋਲ, ਅਤੇ ਇੰਨਾ ਕੋਲ ਗੱਡੀਆਂ ਦਾ ਸਟੋਕ ਹੈਗਾ ਬਹੁਤ ਹੀ ਵਧੀਆ, ਇੱਥੇ ਬਹੁਤ ਹੀ ਜ਼ਿਆਦਾ ਸਟੋਕ ਆ। ਅਤੇ ਭਾਜੀ ਤੁਸੀਂ ਕਹਿੰਦੇ ਵੀ ਸਾਡੇ ਕੋਲ ਸਟੋਕ ਬੜਾ ਜ਼ਿਆਦਾ, ਅਤੇ ਉਹਦੀ ਉੱਥੇ ਲਾਇਆ ਵਾ ਬੋਰਡ ਆਪਣਾ ਭਾਜੀ, ਆਹ ਲੱਗਾ ਜੇ ਬੋਰਡ ਗੱਡੀਆਂ ਆਪਣੇ ਤੋਂ 45 ਕਾਰਾਂ ਹਮੇਸ਼ਾ ਆਪਣੇ ਕੋਲ ਖੜੀਆਂ ਹੁੰਦੀਆਂ। ਆਹਦੀ ਝਾਤੀ ਮਾਰੋ ਭਾਜੀ, ਕਹਿੰਦੇ ਵੀ ਸਾਡੇ ਕੋਲ 40-45 ਕਾਰਾਂ ਦੀ ਆ ਲਿਸਟ ਹੁੰਦੀ ਆ, ਅਤੇ ਭਾਜੀ ਦਾ ਕਹਿੰਦੇ ਵੀ ਬੋਰਡ ਛੋਟਾ ਪੈ ਗਿਆ, 25 ਕਾਰਾਂ ਇੱਥੇ ਲਿਖੀਆਂ ਹੋਈਆਂ ਵਾ। ਇਹ 25 ਕਾਰਾਂ ਲਿਖੀਆਂ ਹੋਈਆਂ, ਬੋਰਡ ਛੋਟਾ ਪੈ ਗਿਆ ਆਪਣੇ ਤੋਂ, 45 ਕਾਰਾਂ ਇਸ ਟਾਈਮ ਖੜੀਆਂ ਵਾ, ਇਹ ਕੱਲ ਨੂੰ ਬੋਰਡ ਨਵਾਂ ਲੱਗ ਜਾਏਗਾ ਵੱਡਾ। ਲਓ ਜੀ, 45 ਕਾਰਾਂ ਤੋਂ 50 ਕਾਰਾਂ ਭਾਜੀ ਕੋ ਹਮੇਸ਼ਾ 45-50 ਕਾਰਾਂ ਦੀ ਤੁਹਾਨੂੰ ਇੱਥੇ ਆਪਸ਼ਨ ਵੇਖਣ ਲਈ ਮਿਲੇਗੀ। ਅਤੇ ਹੁਣ ਆਪਾਂ ਟਾਈਮ ਨਾ ਵੇਸਟ ਕਰਦੇ, ਆਪਾਂ ਅੱਜ ਦਾ ਆਪਾਂ ਵਲੋਗ ਕਰੀਏ ਸਟਾਰਟ, ਕਰੀਏ ਭਾਈ ਜਰੂਰ। ਬਿਲਕੁਲ ਜੀ, ਬਿਲਕੁਲ। ਅਤੇ ਸਭ ਤੋਂ ਪਹਿਲਾਂ ਭਾਜੀ ਕਿਹੜੀ ਗੱਡੀ ਦਿਖਾਓਗੇ ਜੀ? ਸਭ ਤੋਂ ਪਹਿਲਾਂ ਭਾਜੀ ਪਹਿਲੇ ਨੰਬਰ 'ਤੇ ਖੜੀ ਹੈ ਕ੍ਰੇਟਾ। ਅੱਜ ਕ੍ਰੇਟਾ ਗੱਡੀ ਚੈੱਕ ਕਰੋ ਜੀ, ਔਰ ਮਾਡਲ 2018 1.6 SX ਪਲੱਸ ਸਪੈਸ਼ਲ ਐਡੀਸ਼ਨ। ਲਓ ਜੀ, ਸਪੈਸ਼ਲ ਐਡੀਸ਼ਨ ਦਾ ਤੁਸੀਂ ਟੌਪ ਮਾਡਲ ਚੈੱਕ ਕਰੋ ਕ੍ਰੇਟਾ ਦਾ। ਤੁਹਾਨੂੰ ਆਪਾਂ ਅੰਦਰੋਂ ਲੁੱਕ ਵੀ ਦਿਖਾ ਦਿੰਦੇ, ਟੱਚ ਸਕਰੀਨ ਵਗੈਰਾ ਸਭ ਕੁਝ ਲੱਗਾ ਆ, ਸੀਟ ਕਵਰ ਗੱਡੀ ਨੂੰ ਪਏ ਆ, ਅਤੇ ਪੂਰੀ ਇੱਕ ਨੰਬਰ ਇਹ ਸਾਫ਼ ਗੱਡੀ ਆ, ਸਕ੍ਰੈਚਲੈਸ ਕਾਰ ਬਿਲਕੁਲ। ਔਰ ਅਗਲਾ ਬੰਪਰ ਵੀ ਗੱਡੀ ਦਾ ਪੇਂਟ ਨਹੀਂ ਹੋਇਆ, ਉਹਦੀ ਦੇਖ ਸਕਦੇ ਬੰਪਰ ਕਲਰ ਵੀ ਗੱਡੀ ਦਾ ਓਰੀਜਨਲ ਹੈ, ਓਰੀਜਨਲ ਕਲਰ ਸਾਰਾ ਗੱਡੀ ਦਾ। ਔਰ ਸਿਰਫ ਚੱਲੀ ਕਿੰਨੀ ਹੈ? ਸਿਰਫ 69,000। ਲਓ ਜੀ, ਚੱਲੀ ਹੋਰ ਘੱਟ ਜੀ, ਇਹ ਭਾਈ ਨੇ ਹੋਰ ਸਾਪ ਨਵਾਂ ਘੱਟਤਾ ਜੀ, 69,000 ਗੱਡੀ ਚੱਲੀ, 69,000 ਏਜੰਸੀ ਰਿਕਾਰਡ, ਏਜੰਸੀ ਰਿਕਾਰਡ ਨਾਲ ਮਿਲੇਗਾ, ਏਜੰਸੀ ਰਿਕਾਰਡ ਨਾਲ ਦਵਾਂਗੇ ਆਪਾਂ, ਏਜੰਸੀ ਰਿਕਾਰਡ ਤੁਹਾਨੂੰ ਨਾਲ ਮਿਲੇਗਾ। ਤੇ ਨੰਬਰ ਦੀ ਗੱਡੀ ਦੇਖ ਸਕਦੇ ਗੱਡੀ ਦਾ, ਲੁਧਿਆਣਾ ਨੰਬਰ ਗੱਡੀ ਆ, ਪੰਜਾਬ ਨੰਬਰ ਗੱਡੀ ਆ, ਨਾਲ ਗੱਡੀ ਦੇ ਨਾਲ ਪੂਰੇ ਸਾਲ ਦੀ ਇੰਸ਼ੋਰੈਂਸ, ਸਾਲ ਦੀ ਤੁਹਾਨੂੰ ਇੰਸ਼ੋਰੈਂਸ ਵੀ ਮਿਲੂਗੀ, ਜੋ ਜੋ ਭਾਈ ਕਹਿੰਦੇ ਤੁਸੀਂ ਵੇਖ ਲਓ ਸਭ ਸੱਚ ਆ, ਤੁਹਾਨੂੰ ਮਿਲੂਗਾ ਸਾਰਾ ਕੁਝ ਇੱਥੇ। ਔਰ ਅਲੋਏ ਵੇਖੋ ਗੱਡੀ ਦੇ ਤੁਸੀਂ, ਟਾਇਰ ਵੀ ਗੁੱਟੀ ਟਾਇਰ ਦੀ ਚੈੱਕ ਕਰੋਗੇ ਤੇ ਬਿਲਕੁਲ ਨਵੇਂ ਟਾਇਰ। ਇਹ ਭਾਈ 17 ਇੰਚ ਆਉਂਦੇ ਇਹਨਾਂ ਨੂੰ? ਇਹ 17 ਇੰਚੀ, 17 ਇੰਚੀ। ਔਰ ਇੱਕ ਵੀ ਕਮੀ ਨਹੀਂ ਕਰ ਸਕਦਾ ਬੰਦਾ, ਕਿ ਇੱਕ ਕਮੀ ਕਰਦੇ ਗੱਡੀ ਫ੍ਰੀ ਦੇ ਦਾਂਗੇ। ਆਪ ਦੀ ਬੈਗ ਤੋਂ ਦੇਖੋ ਗੱਡੀ ਸਾਰੀ ਜੈਨੂਇਨ ਗੱਡੀ ਹੈ, ਇੱਕ ਨੰਬਰ ਅਸੀਂ ਦੇ ਸਕਦੇ ਜੀ। ਅਤੇ ਹੁਣ ਆਪਾਂ ਚੱਲੀਏ ਨੈਕਸਟ ਗੱਡੀ ਵੱਲ, ਗੱਡੀ ਅੱਗੇ ਖੜੀ ਆਪਣੇ ਤੋਂ ਸਵਿਫਟ 2014 14 ਮਾਡਲ ਗੱਡੀ। ਅੱਜ ਕੱਲ੍ਹ ਲੋਕੀ ਜਿਵੇਂ ਕਹਿੰਦੇ ਡੀਜ਼ਲ ਲੈਣੀ ਪੈਟਰੋਲ ਲੈਣੀ ਹੈ, ਪੈਟਰੋਲ ਵੀ ਅਵੇਲੇਬਲ ਹੈ ਔਰ ਵਿਦ CNG ਔਨ ਪੇਪਰ। ਲਓ ਜੀ, CNG ਵੀ ਤੁਹਾਨੂੰ ਨਾਲ ਮਿਲੇਗੀ ਗੱਡੀ ਦੇ, ਪੈਟਰੋਲ ਵੀ ਐਕਸ ਆਈ ਹੈ ਹੀ ਹੈ ਔਨ ਪੇਪਰ, RC ਤੇ ਚੜੀ ਹੋਈ। ਅੱਛਾ ਅੱਛਾ, RC ਵੀ ਚੜੀ ਹੋਈ ਹੈ ਔਰ ਵਿਦ ਇੰਸ਼ੋਰੈਂਸ 2025 ਤੱਕ ਇੰਸ਼ੋਰ ਸਕਦੀ ਹੈ। ਸੀਟ ਕਵਰ ਵੀ ਬੜੇ ਸੋਹਣੇ ਆ, ਤੇ ਸਾਰੀ ਕੰਡੀਸ਼ਨ ਡੈਸ਼ਬੋਰਡ ਦੀ ਤੁਸੀਂ ਚੈੱਕ ਕਰ ਸਕਦੇ ਜੀ।
ਤੇ ਸਰਵਿਸ ਹੋਈਆਂ ਗੱਡੀਆਂ ਸਾਰੀਆਂ ਇੱਕ ਨੰਬਰ ਕਹਿੰਦੇ ਜਿਵੇਂ ਚਿੱਟਾ ਰੰਗ ਚਾਹੀਦਾ ਤੇ ਜ਼ਿਆਦਾ ਚਿੱਟੀਆਂ ਖੜੀਆਂ ਆਪਣੇ। ਲੋ ਜੀ ਸ਼ੂਟ ਤੋਂ ਬਾਅਦ ਹੁਣ ਭਾਈ ਤੁਹਾਨੂੰ ਗੱਡੀ ਵਿਖਾਉਣ ਜਾਂਦੇ ਆ, ਬਰੀਓ ਹੋਂਡਾ ਦੀ ਗੱਡੀ ਆ, ਇਹਦੇ ਬਾਰੇ ਦੱਸਿਓ ਭਾਈ ਕੁਝ। ਜਿਵੇਂ ਕਹਿ ਦਿੰਦੇ ਆ ਕਿ ਛੋਟੀ ਗੱਡੀ ਚਾਹੀਦੀ ਆ, ਕੰਪੈਕਟ ਕਾਰ ਚਾਹੀਦੀ ਆ, ਲੇਡੀਜ਼ ਨੇ ਚਲਾਉਣੀ ਆ, ਸ਼ਹਿਰ ਦੇ ਵਿੱਚ ਭੀੜ ਭੜਕਾ ਆ ਤੇ ਆਪਾਂ ਨੂੰ ਛੋਟੀ ਗੱਡੀ ਚਾਹੀਦੀ ਆ ਤੇ ਬਜਟ ਵੀ ਛੋਟਾ, 285,000 ਰੁਪਇਆ ਡਿਮਾਂਡ ਹੈ 2013 ਮਾਡਲ। ਲੋ ਜੀ ਇਹ ਚੈੱਕ ਕਰੋ, 285,000 2013 ਮਾਡਲ ਦੀ ਗੱਡੀ ਆ ਇਹ। ਤੁਸੀਂ ਇਹ ਲਾਈਟਸ ਚੈੱਕ ਕਰੋ ਯਾਰ, ਕਿੰਨੀਆਂ ਸੋਹਣੀਆਂ ਸੋਹਣੀਆਂ ਲਾਈਟਾਂ ਲੱਗੀਆਂ ਗੱਡੀ ਦੇ ਵਿੱਚ ਹੈਂ। ਟੱਚ ਵੀ ਲੱਗੀ ਆ, ਅੰਦਰੋਂ ਇੰਟੀਰੀਅਰ ਕਿੱਡਾ ਸੋਹਣਾ ਗੱਡੀ ਦਾ, ਸਭ ਤੋਂ ਸੋਹਣਾ ਇੰਟੀਰੀਅਰ ਆ। ਟੱਚ ਵੀ ਜਿਹੜੀ ਲੱਗੀ ਹੈ ਅਮਰੀਕਾ ਦੀ ਹੈ। ਅਮਰੀਕਾ ਦੀ? ਅਮਰੀਕਾ ਚੋਂ ਆਈ ਹੈ, ਕੁੜੀ ਡਾਕਟਰ ਹੈ ਜਿਹਦੀ ਗੱਡੀ ਹੈ, ਐਲਈਡੀ ਉਹਦੀ ਅਮਰੀਕਾ ਚੋਂ ਮੰਗਾਈ ਹੋਣੀ। ਲੋ ਜੀ ਤੁਸੀਂ ਚੈੱਕ ਕਰੋ, ਐਲਈਡੀ ਤੱਕ ਅਮਰੀਕਾ ਤੋਂ ਆਈ ਹੈ ਤੇ ਕੰਪਨੀ ਦਾ ਨੇਮ ਵੀ ਪੜ੍ਹ ਸਕਦੇ ਉੱਪਰ, ਸਭ ਕੁਝ ਲਿਖਿਆ ਵਾ, ਬਿਲਕੁਲ ਸਕ੍ਰੈਚਲੈਸ, ਨੀਟ ਔਰ ਕਲੀਨ। ਤੇ ਭਾਈ ਇਹ ਜਿਹੜੇ ਸਾਡੇ ਰੇਟ ਆ, ਇਹ ਰੇਟ ਸਾਰੇ ਨੈਗੋਸ਼ੀਏਬਲ ਆ? ਰੇਟ ਭਾਜੀ ਸਾਰੇ ਨੈਗੋਸ਼ੀਏਬਲ ਆ, ਔਰ ਜਿਹੜਾ ਤੁਹਾਡੀ ਵੀਡੀਓ ਆ ਕੇ ਲਿਆ ਕੇ ਦਿਖਾ ਦੇਗਾ ਉਹਦੇ ਵਾਸਤੇ ਸਪੈਸ਼ਲ ਡਿਸਕਾਊਂਟ ਦੇਵਾਂਗੇ, ਮਤਲਬ ਕਿ ਜੋ ਜੈ ਕੋ ਜੈਜ ਰੇਟ ਹੋਏਗਾ। ਔਰ ਇੱਕ ਚੈਲੰਜ ਆਪਣਾ ਹੋਰ ਹੈ, ਆਪਣੀ ਕੋਈ ਵੀ ਕਾਰ ਹੈ ਹਾਂਜੀ ਅੰਮ੍ਰਿਤਸਰ ਨਹੀਂ ਕਹਿੰਦਾ ਮੈਂ, ਪੂਰੇ ਪੰਜਾਬ ਤੋਂ ਸਸਤੀ ਹੋਏਗੀ, ਓਪਨ ਚੈਲੰਜ। ਲਓ ਜੀ ਭਾਈ ਕਹਿੰਦੇ ਓਪਨ ਚੈਲੰਜ, ਸਭ ਤੋਂ ਸਸਤੀ ਪੰਜਾਬ ਦੀਆਂ ਗੱਡੀਆਂ ਤੁਹਾਨੂੰ ਇੱਥੇ ਭਾਈ ਕੋ ਮਿਲਣਗੀਆਂ, ਉਹ ਵੀ ਸਾਫ ਸੁਥਰੀਆਂ ਜੈਨੂਇਨ ਗੱਡੀਆਂ ਤੁਹਾਨੂੰ ਇੱਥੇ ਮਿਲਣਗੀਆਂ, ਨੀਟ ਐਂਡ ਕਲੀਨ। ਕਾਰ ਦੀ ਕੰਡੀਸ਼ਨ ਦੇਖੋ ਤੁਸੀਂ, ਤੇ ਇੱਕ ਭਾਈ ਦੇਖ ਕੇ ਰੂਹ ਖੁਸ਼ ਹੁੰਦੀ ਹੈ। ਇੱਕ ਭਾਈ ਇਹਦਾ ਰੇਟ ਆਪਾਂ ਜਿਹੜਾ ਮੈਂਸ਼ਨ ਨਹੀਂ ਕੀਤਾ, ਕੀ ਕੀਤਾ ਸੀ? ਇਹਦਾ ਸਵਿਫਟ ਦਾ ਭਾਜੀ ਰੇਟ 380,000 ਰੁਪਇਆ ਡਿਮਾਂਡ ਹੈ ਆਪਣੀ, 2014 VXI ਟੌਪ ਮਾਡਲ ਪੈਟਰੋਲ ਵਿਦ CNG। ਲਓ ਜੀ ਰੇਟ ਕਿੰਨਾ ਜਾਇਜ਼ ਦੱਸਿਆ ਭਾਈ ਨੇ, 14 ਮਾਡਲ ਦਾ ਰੇਟ ਹੈ 380,000 ਰੁਪਇਆ, ਉਹ ਵੀ CNG ਨਾਲ ਹੈ ਗੱਡੀ ਦੇ VXI ਦੇ। CNG ਔਨ ਪੇਪਰ ਤੇ ਗੱਡੀ ਚੱਲੀ ਕਿੰਨੀ ਹੈ? ਸਿਰਫ 80,000 ਕਿਲੋਮੀਟਰ। ਅਜੇ ਬੇਸਮੈਂਟ ਤੇ ਗੱਡੀ ਖੜੀ ਹੈ, ਕਮਰੇ ਦੇ ਅੰਦਰ ਖੜੀ ਹੈ, ਇਹਨੂੰ ਸਟਾਰਟ ਕਰਾਂਗੇ ਤੇ ਇਹ ਨਹੀਂ ਪਤਾ ਲੱਗਣਾ ਸਟਾਰਟ ਇੱਕ ਬੰਦ ਹੈ, ਬੋਨਟ ਤੇ ਕੰਨ ਰੱਖਣਾ ਪੈਣਾ। ਬਿਲਕੁਲ ਬਿਲਕੁਲ ਭਾਜੀ, ਹੁਣ ਆਪਾਂ ਜੀ ਨੈਕਸਟ ਗੱਡੀ ਵਾਲੇ ਫਿਰ। ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਜਾਂਦੇ ਹਾਂ ਕਵਿਡ ਗੱਡੀ, ਤੇ ਇਹਦੀ ਡਿਟੇਲ ਦੱਸੋ ਭਾਈ ਗੱਡੀ ਦੀ। ਇਹ ਪਰਸ ਭਾਜੀ ਗੱਡੀ 2017 ਮਾਡਲ। ਅੱਛਾ ਜੀ, 17 ਦੇ ਵਿੱਚ ਵੀ ਇਹ ਟੌਪ ਮਾਡਲ, ਟੌਪ ਮਾਡਲ ਇਹ ਕਵਿਡ 1.0 RXT ਆਪਸ਼ਨਲ ਵਿਦ 에ਅਰ ਬੈਗ। ਇਹਨੂੰ ਭਾਜੀ ਸਮਾਲ ਡਸਟਰ ਵੀ ਕਹਿੰਦੇ ਸੀ ਨਾ ਪਹਿਲਾਂ, ਸਮਾਲ ਡਸਟਰ। ਔਰ ਇੰਟੀਰੀਅਰ ਗੱਡੀ ਦਾ ਦੇਖੋ, ਮਤਲਬ ਵੇਖ ਕੇ ਰੂਹ ਖੁਸ਼ ਹੋ ਜਾਏਗੀ। ਲਓ ਜੀ ਇੰਟੀਰੀਅਰ ਤੁਸੀਂ ਚੈੱਕ ਕਰੋ ਭਾਈ ਕੋ, ਸਾਰੀਆਂ ਗੱਡੀਆਂ ਸਾਫ ਸੁਥਰੀਆਂ, ਤੁਸੀਂ ਮੀਟਰ ਚੈੱਕ ਕਰੋ, ਤੇ ਇਹਦੇ ਵਿੱਚ ਵੀ ਤੁਹਾਨੂੰ LED ਮਿਲੂਗੀ ਸਕਰੀਨ, ਤੇ ਨਾਲ ਆ ਸੀਟ ਕਵਰ, ਸਭ ਕੁਛ ਤੁਸੀਂ ਦੇਖ ਸਕਦੇ। ਗੱਡੀਆਂ ਕਿੰਨੀਆਂ ਸਾਰੀਆਂ ਸਾਫ ਆ ਲਗਭਗ, ਤੇ ਤੁਹਾਨੂੰ ਹਰ ਇੱਕ ਗੱਡੀ ਦੇ ਫਾਈਨੈਂਸ ਵੀ ਭਾਈ ਮਿਲ ਜੂਗੀ ਲਗਭਗ ਜੀ। ਫਾਈਨੈਂਸ ਹਰ ਗੱਡੀ ਦੇ ਫਾਈਨੈਂਸ ਅਵੇਲੇਬਲ ਆ ਹਾਂਜੀ, ਕੋਈ 80,000-90,000 ਡਾਊਨ ਪੇਮੈਂਟ ਦੇ ਕੇ ਤੇ ਆਪਾਂ ਹਰ ਗੱਡੀ ਦੇ ਲੋਨ ਕਰਵਾ ਦਾਂਗੇ, ਆਪਾਂ ਜਿਹੜੀ ਗੱਡੀ ਦੇ ਕਹੋਗੇ ਉਸੇ ਤੇ ਲੋਨ ਹੋ ਜਾਏਗਾ। ਮਤਲਬ ਭਾਈ ਨੇ ਤੁਹਾਡਾ ਚਾਅ ਪੂਰਾ ਕਰ ਦੇਣਾ, ਘੱਟ ਪੈਸਿਆਂ ਦੇ ਵਿੱਚ ਹੀ ਦੇਖ ਲਓ ਹੈ, ਘੱਟ ਬਜਟ। ਤੇ ਇਹਦਾ ਭਾਈ ਡਿਮਾਂਡ ਕੀ ਹੈ ਇਹਦੀ? ਇਹਦੀ ਡਿਮਾਂਡ ਭਾਜੀ 2,65,000 ਰੁਪਇਆ ਹਾਂਜੀ, ਰੇਟ ਲਿਮਿਟ ਨੈਗੋਸ਼ੀਏਬਲ ਆ। ਔਰ ਇਹਦੇ ਵਿੱਚ ਜੇ ਕੋਈ ਵੀਡੀਓ ਤੁਹਾਡੀ ਪਰਸ ਭਾਈ ਦਾ ਨਾਮ ਲੈ ਦੇ ਤੇ ਵੀਡੀਓ ਲਿਆ ਕੇ ਦਿਖਾ ਦੇ ਆਪਾਂ ਨੂੰ, ਉਹਦੇ ਵਿੱਚ ਸਪੈਸ਼ਲ ਡਿਸਕਾਊਂਟ ਆਪਾਂ ਦੇਵਾਂਗੇ। ਲਓ ਜੀ ਹੋਰ ਡਿਸਕਾਊਂਟ, ਇੱਕ ਨਾਲ ਸਪੈਸ਼ਲ ਪ੍ਰਾਈਸ ਵੀ ਦਿੱਤਾ ਜਾਏਗਾ ਇਹ ਤੁਹਾਡੇ ਵਾਸਤੇ ਇੱਕ ਐਡੀਸ਼ਨਲ। ਤੇ ਨੈਕਸਟ ਗੱਡੀ ਭਾਈ ਹੁਣ ਕਰੀਏ ਆਪਾਂ ਸਵਿਫਟ। ਇਹ ਸਵਿਫਟ ਡਿਜ਼ਾਇਰ ਦੇ ਡੀਜ਼ਲ ਵੇਰੀਐਂਟ ਦੇ ਵਿੱਚ ਆਪਣੇ ਕੋਲ ਸਾਰੀਆਂ ਗੱਡੀਆਂ ਪੰਜਾਬ ਨੰਬਰ ਹੈ, ਇੱਕ ਇਹ ਗੱਡੀ ਆਪਣੇ ਕੋਲ ਦਿੱਲੀ ਨੰਬਰ ਹੈ, ਇਹਦੀ ਆਪਾਂ NOC ਨਾਲ ਦੇਵਾਂਗੇ, ਜਿਹੜਾ ਵੀ ਗੱਡੀ ਇਹ ਬਾਇਰ ਕਰੇਗਾ ਉਹਨੂੰ ਨਾਲ ਆਪਾਂ NOC ਦੇਵਾਂਗੇ। NOC ਤੁਹਾਨੂੰ ਨਾਲ ਐਵਰੇਜ ਇਹਦੀ 24-25 ਦੀ ਐਵਰੇਜ ਮਿਲੇਗੀ। ਰੇਟ ਇਹਦਾ 14 ਮਾਡਲ ਪੰਜਾਬ ਨੰਬਰ ਗੱਡੀ 4,25,000 ਰੇਟ ਹੁੰਦਾ, 3,00,000 ਰੁਪਇਆ ਡਿਮਾਂਡ ਹੈ, ਬਾਕੀ ਰੇਟ ਹੋਰ ਮੌਕੇ ਤੇ ਆਪਾਂ ਜੋ ਵੱਧ ਤੋਂ ਵੱਧ ਕਰ ਸਕੇ ਆਪਾਂ ਹੋਰ ਰੇਟ ਕਰਾਂਗੇ। ਮਾਡਲ ਕਿਹੜਾ ਭਾਈ ਇਹ? 2014 ਡੀਜ਼ਲ ਵੇਰੀਅੰਟ, 14 ਮਾਡਲ ਤੇ 3,00,000 ਰੁਪਇਆ। ਹੁਣ ਤੁਹਾਨੂੰ ਇਹਦਾ ਆਪਾਂ ਫੋਨ ਇੰਟੀਰੀਅਰ ਦਾ ਇੰਟੀਰੀਅਰ ਚੈੱਕ ਕਰੋ, ਅੰਦਰੋਂ ਇੱਕ ਇਹਦਾ ਇੰਟੀਰੀਅਰ ਹੈਗਾ ਥੋੜਾ ਡੁਅਲ ਟੋਨ, ਅਸੀਂ ਚੈੱਕ ਕਰ ਸਕਦੇ, ਉਹ ਪੂਰਾ ਬਲੈਕ ਨਹੀਂਗਾ ਤੇ ਗੱਡੀ ਤੁਹਾਨੂੰ ਇਹ ਵੀ ਸਾਫ ਹੀ ਮਿਲੂਗੀ ਲਗਭਗ।
ਬਿਲਕੁਲ ਗੱਡੀਆਂ ਤੇ ਤੁਹਾਡੇ ਕੋਲ ਇੱਕ ਰਿਪੋਰਟ ਸਾਰੀਆਂ ਹੀ ਤੇ ਇੱਕ ਹੁਣ ਭਾਜੀ ਗੱਡੀ ਬੜੀ ਟ੍ਰੈਂਡਿੰਗ ਗੱਡੀ ਚੱਲਣ ਡੀ ਇਸ ਟਾਈਮ ਤੇ ਚਲੋ ਹੁਣ ਥੋੜੀ ਨਵੀਂ ਸ਼ੇਪ ਆ ਗਈ ਆ ਹੁਣ ਇਹ ਪੁਰਾਣੀ ਸ਼ੇਪ ਆ ਪਰ ਇਹ ਵੀ ਮੈਨੂੰ ਲੱਗਣ ਤੇ ਪੂਰੀ ਬੈਸਟ ਦਈ ਆ ਕਿਉਂਕਿ ਕੰਡੀਸ਼ਨ ਵੇਖ ਕੇ ਲੱਗ ਜਾਂਦਾ ਪਤਾ ਗੱਡੀ ਦਾ ਕਿ ਗੱਡੀ ਦੇ ਪੱਲੇ ਕੀ ਆ ਕਿਉਂ ਭਾਜੀ ਬਿਲਕੁਲ ਜੀ ਬਿਲਕੁਲ ਹੁਣ ਇਹ ਵੀ ਗੱਡੀ ਡੀਜ਼ਲ ਵੇਰੀਐਂਟ ਦੇ ਵਿੱਚ ਆ ਹਾਂਜੀ ਡੀਜ਼ਲ ਵੇਰੀਐਂਟ ਦੇ ਵਿੱਚ ਇਹਨੂੰ ਕਿਹਾ ਜਾਂਦਾ ਕਿ ਇੰਡੀਆ ਦੀ ਸਭ ਤੋਂ ਵੱਧ ਐਵਰੇਜ ਵਾਲੀ ਕਾਰ ਲੱਗੀ ਜੇ ਤੁਸੀਂ ਦੇਖ ਸਕਦੇ ਇੰਟੀਰੀਅਰ ਸਾਰਾ ਦਾ ਇਹਦੇ ਸੀਟ ਕਵਰ ਵੀ ਨਾ ਬੜੇ ਯੂਨੀਕ ਜਿਹੇ ਰੰਗ ਦੇ ਪਾਏ ਆ ਹੈਂ ਬਹੁਤ ਸੋਹਣੀ ਗੱਡੀ ਆ ਭਾਜੀ ਗੱਡੀਆਂ ਤਾਂ ਸਾਰੀਆਂ ਬਹੁਤ ਸੋਹਣੀਆਂ ਹੈ ਗੱਡੀਆਂ ਭਾਜੀ ਸਾਰੀਆਂ ਇੱਕ ਤੋਂ ਇੱਕ ਆ ਚੜ੍ਹਦੇ ਚੜ੍ਹਦੇ ਔਰ ਰੇਟ ਵੀ ਆਪਣੇ ਮਤਲਬ ਤੁਹਾਨੂੰ ਪੂਰੇ ਪੰਜਾਬ ਤੋਂ ਸਸਤੀ ਗੱਡੀ ਆਪਾਂ ਇੱਥੇ ਰਵਾਂਗੇ ਔਰ ਹਰ ਗੱਡੀ ਦੇ ਉੱਤੇ ਜਿਹੜਾ ਰੇਟ ਤੁਹਾਨੂੰ ਦਿੱਤਾ ਵਾ ਉਹਦੇ ਵਿੱਚ ਵੀ ਤੁਹਾਡੀ ਵੀਡੀਓ ਕੋਈ ਦਿਖਾ ਦੇਗਾ ਤੇ ਆਪਾਂ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਲੋ ਜੀ ਭਾਈ ਨੇ ਬਾਰ ਬਾਰ ਕਹਿਣ ਜਿਹੜਾ ਸਾਡੀ ਵੀਡੀਓ ਵੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਹੀ ਮਿਲੂਗਾ ਇਹਦਾ ਪਹਿਲਾਂ ਸੱਚ ਰੇਟ ਦੱਸਿਆ ਨੇ ਆਪਾਂ ਇਹਦਾ ਵੀਰ ਜੀ ਡਿਮਾਂਡ ਆਪਣੀ ਹੈਗੀ ਹੈ 3,47,000 ਰੁਪਇਆ 2015 ਮਾਡਲ ਦੇ ਲਓ ਭਾਈ ਨੇ ਪਹਿਲਾਂ ਵੀ ਗੱਡੀ ਦੇਣ ਵਾਲੀ ਗੱਲ ਕੀਤੀ ਹੈ ਰੇਟ ਇਹ ਨਹੀਂ ਵੀ ਕੋਈ ਬਹੁਤਾ ਜ਼ਿਆਦਾ ਕਹਿ ਦੇਣਾ ਹੈ ਨਾ ਆਪਾਂ ਭਾਜੀ ਮੁੜ ਕੇ ਉਹੀ ਗੱਲ ਆਈ ਨਹੀਂ ਵੀ ਫਿਰ ਉਨਾ ਹੀ ਥੱਲੇ ਕਰੋ ਪਰ ਇਹ 'ਚੋਂ ਵੀ ਭਾਈ ਕਹਿੰਦੇ ਸਾਡਾ ਰੇਟ ਨੈਗੋਸ਼ੀਏਬਲ ਹੈਗਾ ਵਾ ਗੱਡੀਆਂ ਸਾਰੀਆਂ ਸਾਫ ਆ ਅਜੇ ਕੁਛ ਗੱਡੀਆਂ ਭਾਈ ਦੇ ਗੋਦਾਮ 'ਚ ਲੱਗੀਆਂ ਆਪਾਂ ਤੁਹਾਨੂੰ ਵੀਡੀਓ ਵਿੱਚ ਨਹੀਂ ਦਿਖਾ ਸਕਦੇ ਕਿਉਂਕਿ ਸਾਰੀ ਕੁਛ ਜਗ੍ਹਾ 'ਤੇ ਵੀ ਆ ਜਾਂਦੀ ਥੋੜ੍ਹੀ ਤੰਗੀ ਕਿਉਂ ਭਾਜੀ ਬਿਲਕੁਲ ਇੱਥੇ ਜਿੰਨੀਆਂ ਗੱਡੀਆਂ ਮਤਲਬ ਖੜ ਸਕਦੀਆਂ ਸੀ ਖੜੀਆਂ ਕੀਤੀਆਂ ਬਾਕੀ ਆਪਣਾ ਸਾਈਡ ਦੇ ਸ਼ੈਡ ਆ ਸ਼ੈਡ 'ਚ ਆਪਣੀਆਂ 20-25 ਕਾਰਾਂ ਖੜੀਆਂ ਆ ਔਰ ਹਰ ਬਜਟ ਦੀ ਕਾਰ ਆਪਣੇ ਕੋਲ ਅਵੇਲੇਬਲ ਆ ਛੋਟੀ ਫੈਮਿਲੀ ਆ ਉਹਨਾਂ ਦੇ ਵੀ ਸੁਪਨੇ ਇੱਥੇ ਪੂਰੇ ਹੋਣਗੇ ਘੱਟ ਤੋਂ ਲੈ ਕੇ 10,00,000 ਤੱਕ ਹਰ ਤਰ੍ਹਾਂ ਦੀ ਗੱਡੀ ਆਪਣੇ ਕੋਲ ਅਵੇਲੇਬਲ ਜੇ ਤੁਸੀਂ ਮੰਨ ਲਓ ਕੋਈ ਵੱਡੀ ਗੱਡੀ ਵੀ ਚਾਹੁੰਦੇ ਜੇ ਥਾਰ ਸਕਾਰਪੀਓ ਹਰ ਤਰ੍ਹਾਂ ਦੀ ਗੱਡੀ ਤੁਹਾਨੂੰ ਉੱਥੇ ਤੁਹਾਡੇ ਵਾਸਤੇ ਮਿਲੇਗੀ ਤੁਹਾਨੂੰ ਬਿਲਕੁਲ ਬਿਲਕੁਲ ਹਾਂ ਇਹ ਨਹੀਂ ਵੀ ਇੱਥੇ ਸਟਾਕ 'ਚ ਤੁਹਾਨੂੰ ਭਾਵੇਂ ਡਿਸਪਲੇ 'ਚ ਨਹੀਂ ਦਿਖਾਈ ਤੇ ਭਾਈ ਕੋ ਤਾਂ ਆਪਾਂ ਤੁਹਾਨੂੰ ਸਟਾਰਟਿੰਗ 'ਚ ਦਿਖਾਇਆ ਨਾ ਬੋਰਡ ਕਿ ਉਹ ਬੋਰਡ ਪਾਈ ਜਾਂਦੇ ਛੋਟਾ ਪਿਆ ਹੈਗਾ 40-45 ਕਹਿੰਦਾ ਗੱਡੀਆਂ ਹਰ ਤਰ੍ਹਾਂ ਰਹਿੰਦੀਆਂ 50 ਤੱਕ ਰਹਿੰਦੀਆਂ ਹੋਇਆ ਇੱਥੇ ਹੈ ਨਾ ਭਾਜੀ ਬਿਲਕੁਲ 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 ਇੰਨਾ ਸਟਾਕ ਆਪਣੇ ਕੋਲ ਹਮੇਸ਼ਾ ਅਵੇਲੇਬਲ ਹੁੰਦਾ ਸਾਰੀਆਂ ਗੱਡੀਆਂ ਨੀਟ ਐਂਡ ਕਲੀਨ ਔਰ ਹਰ ਗੱਡੀ ਦਾ ਰੇਟ ਆਪਣਾ ਪੂਰੇ ਪੰਜਾਬ ਤੋਂ ਘੱਟ ਹੋਏਗਾ ਇਹ ਚੈਲੰਜ ਆਪਣਾ ਲੋ ਜੀ ਭਾਈ ਨੇ ਚੈਲੰਜ ਤੁਹਾਨੂੰ ਕਰਤਾ ਦੋ ਤਿੰਨ ਵਾਰਾ ਗੱਲ ਕਰਤੀ ਭਾਈ ਚੈਲੰਜ ਨਹੀਂ ਭਾਜੀ ਇੱਕ ਹੁੰਦਾ ਮੂੰਹ ਹੀ ਬਣੀ ਕਹਿ ਦੇਣਾ ਆਪਾਂ ਬੋਰਡ ਤੇ ਰੇਟ ਲਿਖ ਕੇ ਲਾਏ ਆ ਨਹੀਂ ਲਾਏ ਲਾਏ ਬੋਰਡ ਤੇ ਰੇਟ ਜਿਹੜਾ ਲਿਖ ਕੇ ਲਾਤਾ ਉਹ ਕੋਈ ਵੀ ਵੀਡੀਓ ਵੇਖ ਲੇ ਫੋਟੋ ਖਿੱਚ ਲੇ ਔਰ ਰੇਟ ਕੰਪੈਰੀਜ਼ਨ ਕਰ ਲੇ ਸਿਵਲ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਨੇ ਬਾਕੀ ਉਹਨਾਂ ਨਾਲ ਮਾਰਕੀਟ 'ਚ ਰੇਟ ਟਰਾਈ ਕਰਕੇ ਵੇਖ ਲੇ ਆਪਣਾ ਰੇਟ ਪੂਰੇ ਪੰਜਾਬ ਤੋਂ ਘੱਟ ਹੋਏਗਾ ਹਰ ਗੱਡੀ ਦਾ ਨਹੀਂ ਨਹੀਂ ਬਿਲਕੁਲ ਭਾਜੀ ਉਹਦੇ ਚਲੋ ਡਿਮਾਂਡ ਲੱਗੀ ਆ ਡਿਮਾਂਡ ਲੱਗੀ ਆ ਰੇਟ ਆਪਾਂ ਮੌਕੇ ਤੇ ਹੋਰ ਕਰ ਲਾਂਗੇ ਜੋ ਕਹੋਗੇ ਰੇਟ ਇੱਕ ਵੀ ਭਾਈ ਇਹਦੇ ਹੋਰ ਆਪਾਂ ਮਤਲਬ ਘਟਾ ਲਾਂਗੇ ਤੇ ਹੁਣ ਭਾਜੀ ਆਪਾਂ ਅਰੇਂਜ ਕਰੀਏ ਵੀਡੀਓ ਦੇ ਐਂਡ ਤੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੋ ਆਪਣੀ ਭਾਈ ਲੋਕੇਸ਼ਨ ਆਪਣੀ ਲੋਕੇਸ਼ਨ ਵੀ ਜੀ ਆਪਣੀ ਕਾਰ ਹੈਵਨ ਮਜੀਠਾ ਰੋਡ ਬੇਸਮੈਂਟ ਆਫ ਬੈਂਕ ਆਫ ਬੜੌਦਾ ਡਾਇਮੰਡ ਐਵੀਨਿਊ ਅੰਮ੍ਰਿਤਸਰ ਤੇ ਆਪਣਾ ਮੋਬਾਈਲ ਨੰਬਰ ਦੱਸੋ ਭਾਜੀ ਮੋਬਾਈਲ ਨੰਬਰ ਆਪਣਾ ਹੈਗਾ ਵੀਰ ਜੀ 7719507359 ਤੁਸੀਂ ਇਥੇ ਰਾਤ ਦੇ 10 ਵਜੇ ਤੱਕ ਜਾਂ ਟਾਈਮ ਕਿਤੇ ਵੀ ਕਾਲ ਕਰ ਸਕਦੇ ਹੋ ਭਾਜੀ ਇੱਕ ਗੱਲ ਦੱਸਣੀ ਭੁੱਲ ਗਿਆ ਆਪਣੀ ਸਰਵਿਸ 24 ਘੰਟੇ ਦੇ
24 ਘੰਟੇ ਰਾਤ ਨੂੰ 12 ਵਜੇ ਕੱਲ ਗੱਡੀ ਦਿੱਤੀ ਆਪਾਂ ਸ਼੍ਰੀਨਗਰ ਗਈ ਗੱਡੀ ਆਪਣੀ ਗ੍ਰੈਂਡ ਆਈਕਨ ਅੱਛਾ ਜੀ ਰਾਤ 12 ਵਜੇ ਗੱਡੀ ਦਿੱਤੀ ਆਪਾਂ 11 ਵਜੇ ਕਸਟਮਰ ਆਏਗਾ ਲਓ ਜੀ ਮੈਂ ਕਹਿ ਲੱਗਾ ਰਾਤ 10 11 ਤੱਕ ਭਾਈ ਨੇ 24 ਘੰਟੇ ਸਰਵਿਸ ਜਦੋਂ ਤੁਸੀਂ ਮਰਜ਼ੀ ਭਾਈ ਕਰਵਾ ਸਕਦੇ ਕੋਲ ਕਰਕੇ ਕਹਿੰਦਾ ਕਿ ਮੇਰੇ ਤੋਂ ਟਾਈਮ ਨਹੀਂ ਹੈਗਾ ਮੈਂ ਡਿਊਟੀ ਕਰਦਾ ਮੈਂ ਕੁਝ ਕਰਦਾ ਮੇਰੇ ਤੋਂ ਟਾਈਮ ਹੀ ਰਾਤ 8 ਵਜੇ ਤੋਂ ਬਾਅਦ ਆ ਜੌਬ ਤੋਂ ਬਾਅਦ ਚਾਉਣਾ ਉਹ ਉਸ ਟਾਈਮ ਵੀ ਵਿਜ਼ਿਟ ਕਰ ਸਕਦਾ ਮੇਰੇ ਕੋਲ ਨਹੀਂ ਨਹੀਂ ਬਿਲਕੁਲ ਬਿਲਕੁਲ ਜਦੋਂ ਮਰਜ਼ੀ ਵਿਜ਼ਿਟ ਕਰੋ 24 ਘੰਟੇ ਆਪਾਂ ਸਰਵਿਸ ਦਿੰਦੇ ਹਾਂ ਮੁੱਖ ਦੀ ਗੱਲ ਹੈ ਕਿ ਭਾਈ ਕੋਲ 24 ਘੰਟੇ ਸਰਵਿਸ ਆ ਤੇ ਹੁਣ ਮਿੱਤਰੋ ਤੁਸੀਂ ਕਰ ਲਿਓ ਉੱਥੇ ਵਿਜ਼ਿਟ ਲਓ ਵੀ ਮਿੱਤਰੋ ਹੁਣ ਕਰੀਏ ਆਪਾਂ ਵੀਡੀਓ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਚੈਨਲ ਦੇ ਨਵੇਂ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬਾਕੀ ਭਾਈ ਨੇ ਕਿਹਾ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਹੁਣ ਚਲੀਏ ਭਾਜੀ ਦੋ ਆ ਗਿਆ ਬਿਲਕੁਲ ਜੀ ਬਿਲਕੁਲ ਔਰ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ।